ਤਾਂ ਤਸਵੀਰਾਂ ਵੇਖ ਸਕਦੇ ਹੋ ਕਿਵੇਂ ਸਕੂਲੀ ਬੱਚਿਆਂ ਤੋਂ ਹੀ ਬੱਸ ਨੂੰ ਧੱਕਾ ਲਗਵਾਇਆ ਜਾ ਰਿਹਾ, ਜਿੱਥੇ ਇਹ ਸਕੂਲੀ ਬੱਸ ਰਸਤੇ ਦੇ ਵਿੱਚ ਖਰਾਬ ਹੋ ਗਈ ਸੀ। ਤਾਂ ਫਿਰ ਇਹ ਸਕੂਲੀ ਬੱਚੇ ਹੇਠਾਂ ਉਤਰਦੇ ਨੇ ਤੇ ਬੱਸ ਨੂੰ ਧੱਕਾ ਲਗਾਉਂਦੇ ਨੇ। ਤਾਂ ਦੱਸ ਦੇ ਕਿ ਧੱਕਾ ਲਗਾਉਣ ਦੇ ਵਿੱਚ ਸਿਰਫ ਮੁੰਡੇ ਹੀ ਨਹੀਂ ਸਗੋਂ ਕੁੜੀਆਂ ਵੀ ਸ਼ਾਮਿਲ ਹੁੰਦੀਆਂ ਨੇ, ਜੋ ਕਿ ਸਵਾਲ ਖੜੇ ਕਰਦਾ। ਤਾਂ ਦੱਸ ਦਈਏ ਕਿ ਵੀਡੀਓ ਹੁਸ਼ਿਆਰਪੁਰ ਤੋਂ ਸਾਹਮਣੇ ਆਈ ਹੈ, ਜਿੱਥੇ ਇੱਕ ਪ੍ਰਾਈਵੇਟ ਸਕੂਲ ਦੀ ਇਹ ਬੱਸ ਦੱਸੀ ਜਾ ਰਹੀ ਹੈ। ਤਾਂ ਇਸਦੇ ਵਿੱਚ ਕਈ ਵਿਦਿਆਰਥੀ ਬੈਠੇ ਹੁੰਦੇ ਨੇ, ਤਾਂ ਇਹ ਬੱਸ ਰਸਤੇ ਦੇ ਵਿੱਚ ਖਰਾਬ ਹੋ ਜਾਂਦੀ ਹੈ, ਜਿਸ ਤੋਂ ਬਾਅਦ ਇਹਨਾਂ ਸਕੂਲੀ ਵਿਦਿਆਰਥੀਆਂ ਨੂੰ ਹੇਠਾਂ ਉਤਾਰਿਆ ਜਾਂਦਾ ਹੈ ਅਤੇ ਫਿਰ ਇਹਨਾਂ ਤੋਂ ਧੱਕਾ ਲਗਵਾਇਆ ਜਾਂਦਾ ਹੈ। ਤਾਂ ਤੁਸੀਂ ਇਸ ਦੇ ਬਾਰੇ ਕੀ ਸੋਚਦੇ ਹੋ ਕਿ ਬੱਚਿਆਂ ਤੋਂ ਧੱਕਾ ਲਗਵਾਉਣਾ ਸਹੀ ਹੈ ਜਾਂ ਗਲਤ? ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਦਈਓ ਕਿ ਸਕੂਲੀ ਬੱਚਿਆਂ ਤੋਂ ਇੱਦਾਂ ਧੱਕਾ ਲਗਵਾਇਆ ਜਾਣਾ ਚਾਹੀਦਾ ਹੈ ਜਾਂ ਫਿਰ ਇਹ ਗਲਤ ਹੈ। ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਦ ਇਹ ਸਕੂਲੀ ਬੱਸ ਰਸਤੇ ਦੇ ਵਿੱਚ ਖਰਾਬ ਹੋਈ ਹੈ ਤਾਂ ਗਰਮੀ ਦੇਖੀ ਜਾ ਸਕਦੀ ਹੈ। ਤਾਂ ਗਰਮੀ ਦੇ ਵਿੱਚ ਇਹਨਾਂ ਬੱਚਿਆਂ ਤੋਂ ਧੱਕਾ ਲਗਵਾਇਆ ਗਿਆ, ਜਿੱਥੇ ਹੁਣ ਇਹ ਵੀਡੀਓ ਵੀ ਸਾਹਮਣੇ ਆਈ ਹੈ। ਤਾਂ ਵੇਖ ਸਕਦੇ ਹੋ ਕਿ ਇਸ ਦੇ ਵਿੱਚ ਕੁੜੀਆਂ ਵੀ ਉਤਰੀਆਂ ਨੇ ਸਕੂਲੀ ਵੈਨ ਦੇ ਵਿੱਚੋਂ ਅਤੇ ਉਹਨਾਂ ਵੱਲੋਂ ਵੀ ਧੱਕਾ ਲਗਵਾਇਆ ਗਿਆ। ਤਾਂ ਹੁਸ਼ਿਆਰਪੁਰ ਦੇ ਪ੍ਰਾਈਵੇਟ ਸਕੂਲ ਦੀ ਇਹ ਬੱਸ ਦੱਸੀ ਜਾ ਰਹੀ ਹੈ, ਜੋ ਕਿ ਰਸਤੇ ਦੇ ਵਿੱਚ ਖਰਾਬ ਹੋ ਗਈ ਸੀ ਅਤੇ ਫਿਰ ਸਕੂਲੀ ਵਿਦਿਆਰਥੀਆਂ ਦੇ ਵੱਲੋਂ ਹੀ ਇਸ ਨੂੰ ਧੱਕਾ ਲਗਾਇਆ ਗਿਆ। ਤਾਂ ਤਸਵੀਰਾਂ ਵੇਖ ਸਕਦੇ ਹੋ ਕਿਵੇਂ ਸਕੂਲੀ ਬੱਚਿਆਂ ਤੋਂ ਹੀ ਬੱਸ ਨੂੰ ਧੱਕਾ ਲਗਵਾਇਆ ਜਾ ਰਿਹਾ, ਜਿੱਥੇ ਇਹ ਸਕੂਲੀ ਬੱਸ ਰਸਤੇ ਦੇ ਵਿੱਚ ਖਰਾਬ ਹੋ ਗਈ ਸੀ। ਤਾਂ ਫਿਰ ਇਹ ਸਕੂਲੀ ਬੱਚੇ ਹੇਠਾਂ ਉਤਰਦੇ ਨੇ ਤੇ ਬੱਸ ਨੂੰ ਧੱਕਾ ਲਗਾਉਂਦੇ ਨੇ। ਤਾਂ ਦੱਸ ਦੇ ਕਿ ਧੱਕਾ ਲਗਾਉਣ ਦੇ ਵਿੱਚ ਸਿਰਫ ਮੁੰਡੇ ਹੀ ਨਹੀਂ ਸਗੋਂ ਕੁੜੀਆਂ ਵੀ ਸ਼ਾਮਿਲ ਹੁੰਦੀਆਂ ਨੇ, ਜੋ ਕਿ ਸਵਾਲ ਖੜੇ ਕਰਦਾ। ਤਾਂ ਦੱਸ ਦਈਏ ਕਿ ਵੀਡੀਓ ਹੁਸ਼ਿਆਰਪੁਰ ਤੋਂ ਸਾਹਮਣੇ ਆਈ ਹੈ, ਜਿੱਥੇ ਇੱਕ ਪ੍ਰਾਈਵੇਟ ਸਕੂਲ ਦੀ ਇਹ ਬੱਸ ਦੱਸੀ ਜਾ ਰਹੀ ਹੈ। ਤਾਂ ਇਸਦੇ ਵਿੱਚ ਕਈ ਵਿਦਿਆਰਥੀ ਬੈਠੇ ਹੁੰਦੇ ਨੇ, ਤਾਂ ਇਹ ਬੱਸ ਰਸਤੇ ਦੇ ਵਿੱਚ ਖਰਾਬ ਹੋ ਜਾਂਦੀ ਹੈ, ਜਿਸ ਤੋਂ ਬਾਅਦ ਇਹਨਾਂ ਸਕੂਲੀ ਵਿਦਿਆਰਥੀਆਂ ਨੂੰ ਹੇਠਾਂ ਉਤਾਰਿਆ ਜਾਂਦਾ ਹੈ ਅਤੇ ਫਿਰ ਇਹਨਾਂ ਤੋਂ ਧੱਕਾ ਲਗਵਾਇਆ ਜਾਂਦਾ ਹੈ। ਤਾਂ ਤੁਸੀਂ ਇਸ ਦੇ ਬਾਰੇ ਕੀ ਸੋਚਦੇ ਹੋ ਕਿ ਬੱਚਿਆਂ ਤੋਂ ਧੱਕਾ ਲਗਵਾਉਣਾ ਸਹੀ ਹੈ ਜਾਂ ਗਲਤ? ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਦਈਓ ਕਿ ਸਕੂਲੀ ਬੱਚਿਆਂ ਤੋਂ ਇੱਦਾਂ ਧੱਕਾ ਲਗਵਾਇਆ ਜਾਣਾ ਚਾਹੀਦਾ ਹੈ ਜਾਂ ਫਿਰ ਇਹ ਗਲਤ ਹੈ। ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਦ ਇਹ ਸਕੂਲੀ ਬੱਸ ਰਸਤੇ ਦੇ ਵਿੱਚ ਖਰਾਬ ਹੋਈ ਹੈ ਤਾਂ ਗਰਮੀ ਦੇਖੀ ਜਾ ਸਕਦੀ ਹੈ। ਤਾਂ ਗਰਮੀ ਦੇ ਵਿੱਚ ਇਹਨਾਂ ਬੱਚਿਆਂ ਤੋਂ ਧੱਕਾ ਲਗਵਾਇਆ ਗਿਆ, ਜਿੱਥੇ ਹੁਣ ਇਹ ਵੀਡੀਓ ਵੀ ਸਾਹਮਣੇ ਆਈ ਹੈ। ਤਾਂ ਵੇਖ ਸਕਦੇ ਹੋ ਕਿ ਇਸ ਦੇ ਵਿੱਚ ਕੁੜੀਆਂ ਵੀ ਉਤਰੀਆਂ ਨੇ ਸਕੂਲੀ ਵੈਨ ਦੇ ਵਿੱਚੋਂ ਅਤੇ ਉਹਨਾਂ ਵੱਲੋਂ ਵੀ ਧੱਕਾ ਲਗਵਾਇਆ ਗਿਆ। ਤਾਂ ਹੁਸ਼ਿਆਰਪੁਰ ਦੇ ਪ੍ਰਾਈਵੇਟ ਸਕੂਲ ਦੀ ਇਹ ਬੱਸ ਦੱਸੀ ਜਾ ਰਹੀ ਹੈ, ਜੋ ਕਿ ਰਸਤੇ ਦੇ ਵਿੱਚ ਖਰਾਬ ਹੋ ਗਈ ਸੀ ਅਤੇ ਫਿਰ ਸਕੂਲੀ ਵਿਦਿਆਰਥੀਆਂ ਦੇ ਵੱਲੋਂ ਹੀ ਇਸ ਨੂੰ ਧੱਕਾ ਲਗਾਇਆ ਗਿਆ।